ਮਜੀਠਾ ਜਿਹੜਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈਗਾ ਤੇ ਉੱਥੇ ਡੋਰ ਟੂ ਡੋਰ ਜਿਹੜੀ ਕੰਪੇਨ ਚੱਲ ਰਹੀ ਹੈਗੀ ਆ ਉਹਦੇ ਵਿੱਚ ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਖੜੇ ਹੈਗੇ ਆ ਬਿਕਰਮਜੀਤ ਮਜੀਠੀਆ ਦੇ ਵਿਰੁੱਧ ਤੇ ਨਾਲ ਤੀਸਰੀ ਧਿਰ ਕਾਂਗਰਸ ਜਿਹੜੀ ਖੜੀ ਹੈਗੀ ਆ ਲਾਲੀ ਮਜੀਠੀਆ ਜੀ ਜਿਹੜੇ ਹਿੰਮਤ ਸਿੰਘ ਸ਼ੇਰਗਿੱਲ ਦੇ ਮਾਤਾ ਸਾਡੇ ਨਾਲ ਜੁੜ ਚੁੱਕੇ ਆ ਪੁੱਛਦੇ ਆ ਕਿ ਕਿਵੇਂ ਦਾ ਮਾਹੌਲ ਆ ਪਿੰਡਾਂ ਦੇ ਵਿੱਚ ਕਿਉਂਕਿ ਘਰ ਘਰ ਜਾਣਾ ਕਿਵੇਂ ਦਾ ਤਜਰਬਾ ਲੱਗਾ ਵੋਟਾਂ ਮੰਗਣੀਆਂ ਜਾਂ ਗੱਲਬਾਤ ਕਰਨੀ ਤੇ ਕਿਹੜਾ ਮੁੱਦਿਆਂ ਤੇ ਤੁਸੀਂ ਵੋਟਾਂ ਮੰਗ ਰਹੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਅਸੀਂ ਘਰ ਘਰ ਜਾ ਰਹੇ ਹਾਂ ਜੀ ਬਹੁਤ ਲੋਕੀ ਚੰਗੇ ਨੇ ਜਿਹੜੇ ਕਹਿ ਰਹੇ ਸੀ ਬਹੁਤ ਇਹਨਾਂ ਤੋਂ ਤੰਗ ਆ ਤੇ ਬਹੁਤ ਦੱਬੇ ਘੁੱਟੇ ਬੋਲ ਰਹੇ ਨੇ ਪਰ ਸਾਨੂੰ ਬਹੁਤ ਆਸ ਆ ਕਿ 100% ਅਸੀਂ ਜਿੱਤਾਂਗੇ ਬਹੁਤ ਲੋਕੀ ਤੰਗ ਦੋਵਾਂ ਪਾਰਟੀਆਂ ਤੋਂ ਹੀ ਤੇ ਅਸੀਂ ਉਹਨਾਂ ਦੋਨਾਂ ਖੁੱਲ੍ਹ ਕੇ ਉਹਨਾਂ ਨੂੰ ਖੁੱਲ੍ਹਾ ਟਾਈਮ ਦੇ ਗੱਲ ਕਰ ਰਹੇ ਹਾਂ 15-15-20 ਮਿੰਟ ਲਾ ਰਹੇ ਹਾਂ ਅਤੇ ਸਾਨੂੰ ਪੂਰੀ ਆਸ ਆ ਵੀ 200% ਅਸੀਂ ਜਿੱਤ ਕੇ 117 ਦੀਆਂ 117 ਸੀਟਾਂ ਲਵਾਂਗੇ ਜਦੋਂ ਗੱਲ ਕਰਦੇ ਹਾਂ ਤੇ ਉਮੀਦਵਾਰ ਦੀ ਜਦੋਂ ਗੱਲ ਆਉਂਦੀ ਤੇ ਕਹਿ ਦਿੱਤਾ ਜਾਂਦਾ ਕਿ ਪੈਰਾਸ਼ੂਟ ਨਹੀਂ ਉਤਾਰਿਆ ਗਿਆ ਤੇ ਕਹਾਂਗੇ ਮਜੀਠਾ ਹਲਕੇ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਵੀ ਉਸੇ ਤਰ੍ਹਾਂ ਹੀ ਚੰਡੀਗੜ੍ਹ ਤੋਂ ਲਿਆ ਕੇ ਇੱਥੇ ਉਤਾਰਿਆ ਗਿਆ ਕੀ ਉਮੀਦਾਂ 'ਚ ਖਰੇ ਉਤਰੋਗੇ ਤੁਸੀਂ ਬਿਲਕੁਲ ਜੀ ਅਸੀਂ ਕੋਈ ਪੈਰਾਸ਼ੂਟ ਨਾਲ ਨਹੀਂ ਉਤਰੇ ਹੋਏ ਹਿੰਮਤ ਸਿੰਘ ਸ਼ੇਰਗਿੱਲ ਦੇ ਨਾਨਕੇ ਗੁਮਟਾਲੇ ਨੇ ਜੋ ਕਿ ਬਿਲਕੁਲ ਰਣਜੀਤ ਐਵਨਿਊ ਨਾਲ ਬਾਈਪਾਸ ਤੇ ਪੈਂਦੇ ਆ ਉੱਥੋਂ ਦਾ ਜੰਮਪਲ ਅੰਮ੍ਰਿਤਸਰ ਦਾ ਜੰਮਿਆ ਹੋਇਆ ਬੱਚਾ ਹਿੰਮਤ ਸਿੰਘ ਸ਼ੇਰਗਿੱਲ ਆ ਤੇ ਐਂ ਸ਼ੇਰਦਿਲ ਬਣ ਕੇ ਉਹਨੇ ਵਿਖਾਇਆ ਤੇ ਇਹ ਸਾਰੀ ਸੀਟ ਤੁਹਾਨੂੰ ਜਿੱਤ ਕੇ ਝੋਲੀ 'ਚ ਪਾਵਾਂਗੇ ਕੇਜਰੀਵਾਲ ਜੀ ਦੀ ਸਾਡੇ ਨਾਲ ਕੋਈ ਨੌਜਵਾਨ ਵੀਰ ਵੀ ਜੁੜੇ ਹੈਗੇ ਉਹਨਾਂ ਨੂੰ ਪੁੱਛਦੇ ਆ ਕਿ ਡੋਰ ਟੂ ਡੋਰ ਕੰਪੇਨ ਚੱਲ ਰਹੀ ਹੈਗੀ ਤਾਂ ਲਗਭਗ ਪਿੰਡਾਂ ਦੇ ਵਿੱਚ ਤੁਸੀਂ ਵਿਚ ਰਹੇ ਹੋ ਬੀਬੀ ਦੇ ਨਾਲ ਕਿਵੇਂ ਦਾ ਮਾਹੌਲ ਲੱਗਾ ਤੁਹਾਨੂੰ ਲੱਗਦਾ ਕਿ ਬਿਕਰਮਜੀਤ ਮਜੀਠੀਆ ਦੇ ਵਿਰੁੱਧ ਜਾਂ ਲਾਲੀ ਜੀ ਦੇ ਵਿਰੁੱਧ ਜਿਹੜੀ ਆਮ ਆਦਮੀ ਪਾਰਟੀ ਹੈਗੀ ਤੀਜੀ ਧਿਰ ਵੱਲੋਂ ਸਾਹਮਣੇ ਆਏਗੀ ਸਾਨੂੰ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆਪਣੇ ਭੈਣ ਭਰਾਵਾਂ ਦੇ ਨਾਲ ਮੇਲ ਕਰਦੇ ਹਾਂ ਤੇ ਸਾਨੂੰ ਉਹਨਾਂ ਨੇ ਇੱਕੋ ਗੱਲ ਆਖੀ ਕਿ ਝੰਡੀਆਂ ਲੱਗੀਆਂ ਉੱਪਰ ਨਾ ਦੇਖੋ ਇਹ ਜ਼ਬਰਦਸਤੀ ਲਾਈਆਂ ਜਾ ਰਹੀਆਂ ਝੰਡੀਆਂ ਇਹ ਕੁਛ ਜਿਹੜੇ ਕੰਮ ਲਏ ਆ ਉਹਨਾਂ ਦਾ ਦਬਾਅ ਦੇ ਕੇ ਕੁਝ ਵਾਸਤਾ ਦੇ ਕੇ ਕੁਝ ਰਿਸ਼ਤੇਦਾਰੀਆਂ ਦਾ ਵਾਸਤਾ ਦੇ ਕੇ ਜ਼ਬਰਦਸਤੀ ਝੰਡੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਨੇ ਜਿਹੜੇ ਝੰਡੀਆਂ ਲਾਉਣ ਆ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਠੇਕਾ ਮਿਲਿਆ ਹੋਇਆ ਝੰਡੀਆਂ ਲਾਉਣ ਦਾ ਸਾਡਾ ਰੁਜ਼ਗਾਰ ਮਿਲ ਗਿਆ ਸਾਨੂੰ ਤੁਸੀਂ ਝੰਡੀਆਂ ਲਾ ਲਓ ਬਾਅਦ 'ਚ ਭਾਵੇਂ ਉਤਾਰ ਦਿਓ ਪਰ ਕੁਝ ਲੋਕ ਦੱਬੇ ਕੁਚਲੇ ਇੱਕ ਮਨ ਦੇ ਵਿੱਚ ਡਰ ਰੱਖਿਆ ਹੋਇਆ ਉਹਨਾਂ ਨੇ ਕਿ ਜਿਹੜੀਆਂ ਝੰਡੀਆਂ ਦੇ ਨਾਲ ਵੋਟਾਂ ਨਹੀਂ ਪਾਉਣੀਆਂ ਅਸੀਂ ਤਿੰਨ ਰੁਪਏ ਦੀ ਇੱਕ ਝੰਡੀ ਦੇ 3 ਰੁਪਏ ਲੈਂਦੇ ਹਾਂ ਜੀ ਸਾਡੇ ਪੋਸਟਰ ਲਾਉਣ ਵਾਸਤੇ 1 ਰੁਪਈਆ ਲੈ ਰਹੇ ਨੇ ਉਹ ਸਾਨੂੰ ਜਿਹਦੇ ਘਰ ਦੇ ਸਾਹਮਣੇ ਅਸੀਂ ਖੜੇ ਹਾਂ ਹੁਣੇ ਮਾਤਾ ਜੀ ਕਹਿੰਦੇ ਵੀ ਬੇਟਾ ਝੰਡੀਆਂ ਨਾ ਵੇਖਿਓ ਜੋ ਕੁਛ ਇਹਨਾਂ ਦੋਵਾਂ ਪਾਰਟੀਆਂ ਸਾਡੀਆਂ ਜਾਤੀਆਂ ਕੀਤੀਆਂ ਕਈ ਵਾਰ ਉਹਨਾਂ ਦੀਆਂ ਅੱਖਾਂ ਨਮ ਹੋਈਆਂ ਵੇਖ ਕੇ ਅਸੀਂ ਆਪ ਖੁਦ ਉਹੋ ਜਿਹੀ ਹਾਲਤ ਵਿੱਚ ਹੋ ਜਾਂਦੇ ਝੰਡੀਆਂ ਜਿਹੜੀਆਂ ਜ਼ਬਰਦਸਤੀ ਲੱਗੀਆਂ ਹੋਈਆਂ ਨੇ ਲੋਕਾਂ ਨੇ ਇਹੀ ਆਵਾਜ਼ ਦਿੱਤੀ ਕਿ ਝੰਡੀਆਂ ਜਿਵੇਂ ਹੈਲੀਕਾਪਟਰਾਂ ਦੇ ਉੱਤੇ ਬਾਦਲ ਸੁਖਬੀਰ ਬਾਦਲ ਬਿਕਰਮ ਮਜੀਠੀਆ ਉੱਪਰ ਉੱਪਰ ਲੰਘ ਜਾਂਦੇ ਨੇ ਹੈਲੀਕਾਪਟਰਾਂ ਦੇ ਇਹ ਝੰਡੀਆਂ ਵੀ ਉੱਪਰ ਉੱਪਰ ਹੀ ਰਹਿਣਗੀਆਂ ਥੱਲੇ ਬਿਲਕੁਲ ਜਿਹੜਾ ਝਾੜੂ ਫਿਰੂਗਾ ਲੋਕਾਂ ਨੇ ਇਸ ਗੱਲ ਦਾ ਮਨ ਬਣਾ ਲਿਆ ਹੈ ਪੂਰੀ ਨਿਸ਼ਠਾ ਦੇ ਨਾਲ ਮਨ ਬਣਾਇਆ ਅਸੀਂ ਸਲਾਮ ਕਰਦੇ ਹਾਂ ਇਹਨਾਂ ਲੋਕਾਂ ਨੂੰ ਮਾਝੇ ਦੇ ਲੋਕਾਂ ਨੂੰ ਸਲਾਮ ਕਰਦੇ ਮੈਂ ਆਪਣੇ ਭੈਣਾਂ ਭਰਾਵਾਂ ਵੀਰਾਂ ਸਾਰਿਆਂ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਹੌਸਲਾ ਅਫਜਾਈ ਕਰਕੇ ਇਹਨਾਂ ਦੇ ਵਿਰੁੱਧ ਅੰਦਰ ਖਾਤੇ ਵੋਟ ਭੁਗਤਾਉਣ ਦਾ ਹਿਆ ਕੀਤਾ ਹੈ ਮਜੀਠੇ ਹਲਕੇ ਤੋਂ ਆਪਾਂ ਗੱਲ ਕਰ ਰਹੇ ਸੀ ਹਿੰਮਤ ਸਿੰਘ ਸ਼ੇਰਗਿੱਲ ਦੇ ਮਾਤਾ ਜੀ ਤੇ ਕੁਝ ਨੌਜਵਾਨ ਵੀਰਾਂ ਨੇ ਗੱਲ ਕੀਤੀ ਤੇ ਕੁਝ ਸਰਨ ਸਿੰਘ ਜਿਹੜੇ ਗੁਜਰਾਤ ਤੋਂ ਆਏ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕੰਪੇਨ ਇਸ ਟਾਈਮ ਚਲਾ ਰਹੇ ਹੈਗੇ ਹਿੰਮਤ ਸਿੰਘ ਸ਼ੇਰਗਿੱਲ ਦੀ ਕੀ ਕਹਿਣਾ ਚਾਹੋਗੇ ਤੁਸੀਂ ਹਿੰਮਤ ਸਿੰਘ ਸ਼ੇਰਗਿੱਲ ਜੀ ਇੱਕ ਐਸਾ ਸ਼ੇਰ ਹੈ ਜਿਨੇ ਜਿਹੜੀ ਅਕਾਲੀ ਦਲ ਹੈਗੀ ਆ ਉਹਦਾ ਲੱਕ ਤੋੜ ਕੇ ਰੱਖ ਦਿੱਤਾ ਕਿਉਂਕਿ ਸਾਡੀਆਂ ਜ਼ਮੀਨਾਂ ਉੱਤੇ ਫਰੀਜ਼ ਹੋ ਗਈਆਂ ਸੀ ਮੋਦੀ ਸਾਹਿਬ ਨੇ ਫਰੀਜ਼ ਕੀਤੀਆਂ ਸਨ ਖੋ ਰਿਹਾ ਸੀ ਯਾਨੀ ਸਾਡੀਆਂ ਜਮ੍ਹਾਂਬੰਦੀਆਂ ਤੋੜ ਕੇ ਸ਼੍ਰੀ ਸਰਕਾਰ 'ਚ ਪਾ ਰਿਹਾ ਸੀ ਕਿਸੇ ਸਾਡੀ ਨਾ ਬਾਦਲ ਨੇ ਬਾਂਹ ਫੜੀ ਨਾ ਹਰਸਿਮਰਤ ਕੌਰ ਨੇ ਪਾਰਲੀਮੈਂਟ 'ਚ ਵੀ ਸਾਡੀ ਬਰਖਲਾਫੀ ਕੀਤੀ ਨਾ ਕਿਸੇ ਕਾਂਗਰਸ ਨੇ ਫੜੀ ਸੀ ਇੱਕ ਵਾਅਦ ਬੰਦਾ ਸੀ ਜਿਹਨੇ ਸਾਡੀ ਬਾਂਹ ਫੜੀ ਸਾਡੀਆਂ ਜ਼ਮੀਨਾਂ ਪੈ ਅਸੀਂ 5000 ਦੇ ਕਰੀਬ ਪਰਿਵਾਰ ਹਾਂ ਉੱਥੇ ਅਤੇ ਹਿੰਮਤ ਸਿੰਘ ਸ਼ੇਰਗਿੱਲ ਨੇ ਸਾਡੇ ਕੋਲ ਪੁੱਜ ਜਾ ਕੇ ਸਾਡੀ ਬਾਂਹ ਫੜੀ ਔਰ ਫ੍ਰੀ ਕੇਸ ਲੜਿਆ ਜਦੋਂ ਕਿ ਉੱਥੇ ਕੇਸ ਦੀ ਫੀਸ 1.25 ਕਰੋੜ ਰੁਪਇਆ ਸੀ ਸੋ ਅਸੀਂ ਤਾਂ ਉਹਦੇ ਰਿਣੀ ਹਾਂ ਅਸੀਂ ਚਾਹੁੰਦੇ ਅਸੀਂ ਤਾਂ ਇਹ ਮੈਸੇਜ ਦਿੰਦੇ ਹਾਂ ਜਿਹੜਾ ਸ਼ਖਸ ਜਾ ਕੇ ਗੁਜਰਾਤ ਤੱਕ ਸਿੱਖਾਂ ਦੀ ਜਾਂ ਪੰਜਾਬੀ ਦੀ ਬਾਂਹ ਫੜ ਸਕਦਾ ਹੈ ਉਹ ਇੱਥੇ ਕਿਸੇ ਨਾਲ ਬੇਇਨਸਾਫੀ ਕਿਵੇਂ ਹੁੰਦੇ ਹੋਰ ਵੀ ਪਰਿਵਾਰ ਆਇਆ ਗੁਜਰਾਤ ਤੋਂ ਕੋਈ ਦੇਖੋ ਜੀ ਆ ਮੇਰਾ ਇੱਕ ਵੀਰ ਆ ਮੇਰਾ ਹਿੰਮਤ ਆਪਣਾ ਪ੍ਰਿਥੀ ਸਿੰਘ ਜੀ ਖੜੇ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਕੇਸ ਹੈ ਇਹ ਮੇਰੇ ਨਾਲ ਨੇ ਬਾਕੀ ਪਰਿਵਾਰ ਜਿਹੜੇ ਸਾਡੇ ਹੈਗੇ ਨੇ ਉਹ ਪੰਜਾਬ ਦੇ ਅੱਡ ਅੱਡ ਹਲਕਿਆਂ ਦੇ ਵਿੱਚ ਨੇ ਹਾਂਜੀ ਉਹ ਕੇਸ ਮੇਰੇ ਨਾਂ 'ਤੇ ਹੀ ਹੈ ਜੀ ਹਾਂਜੀ ਹਾਂਜੀ ਅਸੀਂ ਪਹਿਲਾਂ ਚੈਲੰਜ ਕੀਤਾ ਸੀ ਗੁਜਰਾਤ ਗੌਰਮੈਂਟ ਨੂੰ ਅਸੀਂ ਹਾਈ ਕੋਰਟ ਦੇ ਵਿੱਚੋਂ ਜਿੱਤ ਚੁੱਕੇ ਹਾਂ ਜੀ 3 ਜੱਜਾਂ ਦਾ ਫੈਸਲਾ ਸਾਡੇ ਹੱਕ ਦੇ ਵਿੱਚ ਹੈ ਮੋਦੀ ਸਾਹਿਬ ਦੀ ਪਤਾ ਨਹੀਂ ਉਹਦੇ ਪਿੰਡ ਦੇ ਵਿੱਚ ਕੀ ਦਰਦ ਉੱਠਿਆ ਉਹ ਕਿਸਾਨਾਂ ਦੇ ਵਿਰੁੱਧ ਮਤਲਬ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਤਾਂ ਫਿਰ ਅਸੀਂ ਬਾਦਲ ਸਾਹਿਬ ਕੋਲ ਇੱਥੇ ਆਏ ਬਹੁਤ ਅਸੀਂ ਜਥੇਬੰਦੀਆਂ ਨੂੰ ਮਿਲੇ ਕਿਸੇ ਨੇ ਸਾਡੀ ਬਾਣੀ ਫੜੀ ਸਾਨੂੰ ਇੱਕ ਇਹੀ ਮਿਲਿਆ ਬੱਬਰ ਸ਼ੇਰ ਇਹ ਮਾਂ ਨੇ ਜਿਹੜਾ ਬੱਬਰ ਸ਼ੇਰ ਜੰਮਿਆ ਇਹ ਅਸੀਂ ਮਾਵਾਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਹੜੇ ਅਜੇ ਪੁੱਤਰਾਂ ਨੂੰ ਜਨਮ ਦਿੰਦੀਆਂ ਤੁਹਾਡੀ ਇਸ ਟਾਈਮ ਲੜਾਈ ਕਹਿ ਸਕਦੇ ਆ ਕਿ ਹਿੰਮਤ ਸਿੰਘ ਸ਼ੇਰਗਿੱਲ ਜੀ ਲੜ ਰਹੇ ਆ ਸਾਡੀ ਲੜਾਈ ਹਿੰਮਤ ਸਿੰਘ ਸ਼ੇਰਗਿੱਲ ਦੇਖੋ ਇਹਦੇ 'ਚ ਆ
एक्चुअली तो बादल नूं लड़नी चाहिए सी क्योंकि साडा पेका पिंड आ साडा पेका स्टेट आ असी तमिलनाडु की जयललिता को या किसी बंगाल की ममता बैनर्जी को जाना नहीं सी। जो बादल साहब नूं आ के रिक्वेस्ट की भी साडे पंजाबियों नूं उत्थे मोदी साहब धक्का कर रहा अं पंजाह साल हो गए सानू उत्थे वस्यां नूं साडियां जमीनां साडे नाल इंतकाल ने क्यों खो रहा सानू पर प्रांती कह खो रहा भी तुसीं आउटसाइडर जे। तो बादल साहब ने साडी गल सुन दी बजाय इहनूं टाला माला मार दिता असी बथेरा जोर लाया। फिर दूजी गल मैं जी तुहाडी श्रोमणी कमेटी तुहाडे कोले किते इंग्लैंड कनेडा अमरीका किते भी सिखां दी पग नूं कोई हत्थ पाउंदा तुहाडी श्रोमणी कमेटी का फर्ज बनता है भी तुसीं उहदी सार पुछो। तुसीं उहनां ने सार तां की पुछनी अहीं तां समझदे आं फर्जी जी पार्टी है कोई अकाली दल है नहीं इहदा पिछा फोलिया सानूं पता लगा इहदे दादे ने तां उदों जदों कुंजियां दा मोर्चा लगा सी जहर रोटियां च पा के जिहड़े कि अज्ज ऑन रिकॉर्ड मलोड़ दे होस्पिटल दे 60 बंदे मरे सी उहनां साडी मत की करनी सी। इह कछाधारी जिहड़े हैगे ने ना निकरधारी ने ते बनौटी बंदे ने सन तो इन्हों तो दुखी हो गए हैं ते निकरधारी मतलब कि तुहाडा निशाना आरएसएस कह सकते आरएसएस बिल्कुल बिल्कुल आरएसएस जिवें मोदी अं तुम बहुत लाग्यों जानते हैं मोदी साहब किवें पीएम बन गए वो बस हिंदू कार्ड खेड के वो पीएम बने ने आरएसएस उन्होंने पीएम बनाने वाली है बाकी जिहड़ा उत्थे मुसलमान भरावान होई है या जिहड़ी हुण उत्थे दलित भरावान होई है उत्थे गुजरात दे विच जिहड़ियां गावां दे वजह करके दो वारी दलितां नूं कुट्टिया गया जिहड़ी साडे पंजाबी भरावां नाल सानूं आउटसाइडर कहा जा रहा है। तो ये सोचा बादल साहब की जे ये सोच ना होंगी तो मोदी साहब ने जरूर एक ही कहता भी मेरा तेरे ना अलायंस है भी तू मेरे पंजाबी भरावान का ना तंग कर पर एक वारी बादल साहब ने जाके नहीं किया एक वारी सिंगल वारी भी नहीं किया बड़ा दुख है इस गल का सानू। पर फिर असी सानू हिम्मत सिंह पहला नहीं जानता सी उदों ना ही आम आदमी पार्टी बनी सी जदों दी हिम्मत सिंह ने साडी बांह फड़ी उन्हें कोई लालच नहीं हैगा सी ही इज़ द बैरिस्टर लंडन तो पढ़ के आया उत्थे भी वह कर सकता सी इत्थे उन्होंने काला कोट पा के सवा सवा करोड़ रुपया फीस लै सकता है ये शख्स उत्तों आपका सारा कुछ छड के थले आ के लोगों की सेवा कर रहा है जदों की बादल परिवार तो दूजे जिहड़े हैगे ने थल्यों साइकलों से तुरे जाते हवाई जहाज सैवन स्टार होटलों के मालक बनी जाते हैं। सो दोस्तों अं तो यह कहे भी अं तो उनका जिहड़ा ना उनका करजा उतारना है बिल्कुल जी ये हैं सताए हुए इस टाइम तो सरकारों के सताए हुए गुजरात तो क्योंकि आप पहले भी अकाल चैनल से खबर देखिया कि कुछ परिवारों जो उजाड़ दिता गया गुजरात के अकाल चैनल से दिखाया गया उन्होंने परिवारों के इस टाइम के उत्ते जो केस लड़ाया है हिम्मत सिंह शेरगिल जी ने तो मजीठा हल्के तो उन्हें कंपेन भी चला रहे हैं तो माता जी बारे गल की आप दोबारा उन्होंने को आए हैं हिम्मत सिंह शेरगिल माता जी जे कि डोर टू डोर जाके गलबात कर रहे हैं कि दोबारा मिलते हैं कि कहना चाहोगे जिहड़ा कि तुम संगतों मिलते जे डोर टू डोर तुम जाके गलबात करते जे की लगता कि मजीठा हलका तो आड़े हक होजूगा। बहुत चंगा रिस्पोंस मिलिया जी 200% साढ़े हक में होगा तो बहुत वड्डी लीड से असी जीत रहे हैं। इन्हां वीरां बारे की कहना चाहोगे जे तुहाडी सरकार आ जाती है जे आम आदमी पार्टी पंजाब आ जाती है तो इन्हां दी लड़ाई किवें लड़ी जाऊगी फिर गुजरात के किसानां दी असी जीते हुए केस जी सुप्रीम कोर्ट च वो तो मोदी है जी साडे जजमेंट नहीं क्लीयर कर रहा जीते हुए केस 4 घंटे हिम्मत सिंह शेरगिल ने बहस कर ली है पौने 2 साल बहस हुई नूं सुप्रीम कोर्ट दे विच हो चुके ने उन्हों जिहड़ा अटॉर्नी जनरल ऑफ इंडिया उन्हों मोदी साहब कदी कोई बहाना मार के कदी कोई बहाना मार के उन्हों लमकाई जा रहा एक्चुअली कोई कानून है ही नहीं सानू उत्थों कढ़न दा असी मोदी साहब नूं मिलदे रहे हां भी जे कोई कानून हैगा ही सानू जमीन ना इत्थे लैण दे नूं अज तो 50 साल पहलां असी आए सां हुण साडे बच्चे जम्मे इत्थे पले इत्थे गुजराती बोलदे ने असी गुजराती हाँ तू उदों सानू ना लैण दे नूं उह आंदा ये मेरा कसूर थोड़ी है ये तो जिसने रजिस्ट्री आपकी की उसका कसूर है। मैं जी ये मोदी साहब वो गल होगी किसी बंदे नूं फांसी लगी उहदा सिर छोटा जिहा तो फांसी विचों निकल जाया करे तो वो जाके खलीफे नूं कहा जांदी वो तां जी सिर छोटा आंदा बड़े सिर वाले को फांसी लगा दो मैं तुसीं तां ओह गल करदे पए जे कसूर वो उन्हें अकॉर्डिंग टू लॉ की साड़ी रजिस्ट्री वो कोई उन्हें गलत काम नहीं किया असी अकॉर्डिंग टू लॉ लई है फिर सानू तुसा वाजा मार मार जमीन दिती है शास्त्री ने कहा आओ इत्थे जिहड़ा सीएम नू मार गए ने पाकिस्तानी इस करके तुसी आण के नाले दा डिफेंस दा काम करोगे नाले तुसी साडी इत्थे पहली बात करोगे कच्छ दे विच तो सो तुसा आप एक सी एक पीएम सानू साध रहा है दूजा पीएम अज 35-40 साल 50 साल बाद सानू उत्थों कढ रहा है सानू तां इहनां दी सोच दी नहीं समझ आउंदी अहीं तां हिम्मत सिंह शेरगिल वर्गे नू कहांगे इहो जे घर घर जम्मण और इहदे हत्थ च मैं इह तां आउण वाला सीएम है साडी निगाह ना कोई एडा वैल एजुकेटड बंदा आम आदमी च हैगा है जिन्हों केजरीवाल साहब ही मनते हैं और ये बंदा राजनीति दे विच बिल्कुल नहीं हैगा सी इहनूं केजरीवाल साहब सुप्रीम कोर्ट तों फड़ के लियाए ने भी मैनूं तेरे वर्गा इमानदार बंदा जिन्हें पीटीसी न्यूज़ नूं चैनल नूं नंगा कीता और जिहड़ा किसानां दा केस फ्री लड़ रहा है और इस तों इलावा भी कुछ गरीब लड़कियां जिन्हां नाल धक्काशाही हुई सी वह भी इन्हें केस फ्री लड़े ने सो केजरीवाल साहब नूं इह बंदा लभा अहीं तां इहनूं आउण वाला सीएम गिण रहे हां भी आउण वाला सीएम है।
बिल्कुल जी देखते हैं कि 4 तरीक नू की बनता है, 11 तरीक का जो रिजल्ट है वो संगत के सामने आ जाना, उदों तक तो सानू इंतजार करना पेगा। मजीठे हल्के की गल कर रहे सर हिम्मत सिंह शेरगिल माता जी ने गल की, तो ये वीर सी गुजरात तो जिहड़े सताए हुए। मैं एक गल होर करनी चाहवागा, जिहड़ी कैबिनेट मंत्री है हरसिमरत कौर बादल, असी आपका सवाल जाके पार्लीमेंट भी चुक चुके हैं 0 आवर के टाइम लेके। हरसिमरत कौर बादल ने अजनाला, हरसिमरत कौर बादल एंड शेर खपाया, इन्होंने जाके जी चेयरपर्सन के अगर रौला पाया, हमारे पंजाबी भाई हैं आप इसका सवाल नहीं उठा सकते, आप इसका सवाल नहीं उठा, जे अं पंजाबी भरा फिर ये सवाल उठा लें जी। सा मतलब जी एक सवाल हैगा वा पंजाब सरकार ने भी, जी इस टाइम सरकार अगे आनी आ, बड़ा व्डा सवाल हैगा कि आओ आप अपने भरावान नहीं बाप पढ़ने के पढ़ने 4 तरीक की उड़ीक करते हैं। तो हिम्मत शेरगिल माता जी ने गल की हैगी, जेडे कि एक विश्वास करते हैं कि लगभग 200% जित यकीन आ, पर दसूगी 4 तो बाद 11 तरीक। तद तक वाहिगुरू जी का खालसा, वाहिगुरू जी की फतेह।